1 ਲੀਟਰ ਪੈਟਰੋਲ 77 ਰੁਪਏ ਦੀ بجائے 53 ਰੁਪਏ 'ਚ ਵਿਕਣ ਲੱਗੇ ਤਾਂ ਇਹ ਕਿੰਨੀ ਵੱਡੀ ਰਾਹਤ ਹੋਵੇਗੀ ਇਸ ਦਾ ਅੰਦਾਜ਼ਾ ਲਗਾਉਣਾ ਆਸਾਨ ਹੈ ਪਰ ਕੀ ਪੈਟਰੋਲ ਨੂੰ GST ਦੇ ਧਾਇਰੇ 'ਚ ਲਿਆਉਣਾ ਇੰਨਾ ਆਸਾਨ ਹੈ ਸ਼ਾਇਦ ਨਹੀਂ ਕਿਉਂਕਿ ਹੁਣ ਇਹ ਫੈਸਲਾ ਕੇਂਦਰ ਸਰਕਾਰ ਨਹੀਂ ਕਰ ਸਕਦੀ ਦੱਸ ਦਈਏ ਕਿ 1 ਲੀਟਰ ਪੈਟਰੋਲ ਦੀ ਕੀਮਤ 37 ਰੁਪਏ ਹੈ ਤੇ ਸਰਕਾਰ 1 ਲੀਟਰ ਪੈਟਰੋਲ ਤੇ 40 ਰੁਪਏ ਟੈਕਸ ਵਸੂਲ ਰਹੀ ਹੈ ਯਾਨੀ ਪੈਟਰੋਲ ਦੀ ਕੀਮਤ ਤੋਂ ਜ਼ਿਆਦਾ ਜਨਤਾ ਟੈਕਸ ਦੇ ਰਹੀ ਹੈ ਪਰ ਤੇਲ ਕੰਪਨੀਆਂ ਦੇ ਮਨਮਾਨੇ ਰਵੱਈਏ ਤੇ ਸਰਕਾਰ ਚਾਬੂਕ ਚਲਾਉਣ ਦੀ ਤਿਆਰੀ ਦੇ ਵਿੱਚ ਹੈ ਦਰਅਸਲ ਸਰਕਾਰ ਤੇਲ ਉਤਪਾਦਕ ਕੰਪਨੀਆਂ ONGC ਤੇ ਵਿੰਡਫਾਲ ਟੈਕਸ ਲਗਾਉਣ ਦੀ ਤਿਆਰੀ ਕਰ ਰਹੀ ਹੈ ਇਸ ਨਾਲ ਪੈਟਰੋਲ ਡੀਜ਼ਲ ਦੀ ਕੀਮਤਾਂ 'ਚ 2 ਰੁਪਏ ਦੀ ਕਟੌਤੀ ਸੰਭਵ ਹੈ ਵਿੰਡਫਾਲ ਟੈਕਸ ਕੀ ਹੈ ਇਹ ਇੱਕ ਵਿਸ਼ੇਸ਼ ਪ੍ਰਕਾਰ ਦਾ ਤੇਲ ਟੈਕਸ ਹੈ ਇਸ ਨਾਲ ਮਿਲਣ ਵਾਲਾ ਰੈਵਨਿਊ ਦਾ ਫਾਇਦਾ ਫਿਊਲ ਰਿਟੇਲਰਸ ਨੂੰ ਦਿੱਤਾ ਜਾਵੇਗਾ ਜਿਸ ਨਾਲ ਉਹ ਵਧੀਆਂ ਕੀਮਤਾਂ ਨੂੰ ਅਬਜ਼ਰਵ ਕਰ ਸਕਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਟਨੈਸ ਚੈਲੰਜ ਦੀ ਗੱਲ ਕਰਦੇ ਨੇ ਤੇ ਰਾਹੁਲ ਗਾਂਧੀ ਉਹਨਾਂ ਨੂੰ ਪੈਟਰੋਲ ਦੀਆਂ ਕੀਮਤਾਂ ਘੱਟ ਕਰਨ ਦੀ ਚੁਣੌਤੀ ਦੇ ਦਿੰਦੇ ਨੇ ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਅੱਜ ਮੋਦੀ ਸਰਕਾਰ ਨੂੰ 4 ਸਾਲ ਪੂਰੇ ਹੋ ਗਏ ਨੇ ਤੇ ਕੀ ਮੋਦੀ ਖਫਾ ਜਨਤਾ ਲਈ ਕੁਝ ਨਵੇਂ ਐਲਾਨ ਕਰਕੇ ਰਾਹਤ ਦੇਣਗੇ ਬਿਊਰੋ ਰਿਪੋਰਟ ਦਾ ਨਿਊਜ਼ਲੈਂਡ